ਮੈਂ ਤੁਹਾਡੇ ਸਾਰਿਆਂ ਦਾ ਫਿਰ ਇੱਕ ਵਾਰੀ ਸ਼ੁਕਰੀਆ ਕਰਦੀ ਹਾਂ ਇੱਥੇ ਆਉਣ ਲਈ, ਮੇਰੇ ਪਰਿਵਾਰ ਦਾ ਮਾਣ ਵਧਾਉਣ ਲਈ, ਮੇਰੇ ਡੈਡ ਦੇ ਟੂਰਨਾਮੈਂਟ 'ਚ ਸ਼ਾਮਿਲ ਹੋਣ ਲਈ। ਮੈਂ ਸ਼ਾਇਦ ਹਰੇਕ ਕੋ ਜਾ ਕੇ ਨਹੀਂ ਥੈਂਕ ਯੂ ਕਹਿ ਸਕਦੀ, ਪਰ ਦਿਲੋਂ ਸਾਰਿਆਂ ਦਾ ਥੈਂਕ ਯੂ, ਸਾਰਿਆਂ ਦਾ ਥੈਂਕ ਯੂ। ਤੁਹਾਨੂੰ ਪਤਾ ਨਹੀਂ ਮੇਰੇ ਲਈ ਇਹ ਸਪੋਰਟ ਕਿੰਨਾ ਮੈਟਰ ਕਰਦਾ ਹੈ। ਔਰ ਮੈਂ ਚਾਹੂੰਗੀ ਜਿਵੇਂ ਤੁਸੀਂ ਮੇਰੇ ਪਾਪਾ ਨੂੰ ਪਿਆਰ ਦਿੱਤਾ, ਮਾਣ ਦਿੱਤਾ, ਔਰ ਉਹਨਾਂ ਨੂੰ ਹੀ ਉਹ ਖੰਭ ਦਿੱਤੇ ਜਿਨ੍ਹਾਂ ਨਾਲ ਉੜੇ, ਤੁਸੀਂ ਮੈਨੂੰ ਵੀ ਉਹ ਦਿਓਗੇ ਤੇ ਤੁਸੀਂ ਮੇਰਾ ਵੀ ਹਮੇਸ਼ਾ ਹੀ ਮਾਣ ਰੱਖੋਗੇ ਉਵੇਂ। ਧੰਨਵਾਦ ਸਾਰਿਆਂ ਨੂੰ, ਥੈਂਕ ਯੂ। ਦੁਨੀਆ ਕਹਿੰਦੀ ਹੁੰਦੀ ਹੈ ਵੀ ਧੀਆਂ ਪੁੱਤ ਨਹੀਂ ਬਣ ਸਕਦੀਆਂ, ਪਰ ਭੈਣ ਅਨੂ ਸ਼ਰਮਾ ਨੇ ਉਹ ਕਹਾਵਤ ਝੂਠੀ ਪਾਈ ਹੈ, ਅੱਜ ਪੁੱਤ ਬਣੀ ਹੈ ਕਬੱਡੀ ਕੋਚ ਸ਼੍ਰੀ ਦੇਵੀ ਦਿਆਲ ਦਾ। ਜੇ ਇਹ ਗੱਲ ਸੱਚ ਹੈ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਵੱਜਣੀਆਂ ਚਾਹੀਦੀਆਂ। ਧੀਆਂ ਵੀ ਪੁੱਤ ਦੀ ਥਾਂ ਕੇ ਮੇਰੇ ਵੀਰੋ ਦੁਨੀਆ ਦੇ ਵਿੱਚ ਆਪਣੇ ਬਾਪ ਦੇ ਲਈ ਅੱਜ ਵੱਡਾ ਜੋ ਸੁਪਨਾ ਸੁਮ ਹੋਇਆ ਹੋਇਆ ਉਹਨਾਂ ਨੇ ਪੂਰਾ ਕੀਤਾ ਹੈ। ਇੱਕ ਸ਼ਖਸੀਅਤ ਦੇ ਮੈਂ ਹੋਰ ਦਰਸ਼ਨ ਕਰਵਾਵਾਂਗਾ। ਗੁਰਜੀਤ ਜੀ 30 ਸੈਕਿੰਡ ਦੇ ਦਿਓ। ਜਿੱਦਾਂ ਦੇਵੀ ਦਿਆਲ ਜੀ ਦਾ ਆਪਾਂ ਰੂਪ ਜਿਹੜਾ ਹੈ ਉਹ ਭੈਣ ਅਨੂ ਸ਼ਰਮਾ ਵਿੱਚ ਵੀ ਦੇਖਦੇ ਹੈ, ਕਬੱਡੀ ਸ਼ਹੀਦ ਸੰਦੀਪ ਨੰਗਲੰਬੀਆਂ ਦਾ ਬ੍ਰਦਰ ਅੱਜ ਗੁਰਜੀਤ ਵੀ ਆਇਆ, ਗੁਰਜੀਤ ਗਰਾਊਂਡ ਦੇ ਵੱਲ ਆਈ ਭਰਾ ਬਣ ਕੇ, ਗੁਰਜੀਤ ਸੰਧੂ ਲਓ ਸੰਦੀਪ ਦੇ ਦਰਸ਼ਨ ਗੁਰਜੀਤ ਵਿੱਚ ਵੀ ਕਰ ਲਿਓ, ਉਹੀ ਰੂਪ ਹੈ। ਇੱਕ ਯਾਦਗਾਰੀ ਫੋਟੋ ਵੀ ਖਿੱਚਦੇ ਕੈਮਰੇ ਵਾਲਿਆ, ਭੈਣ ਅਨੂ ਸ਼ਰਮਾ ਹੈ ਤੇ ਦੇਵੀ ਦਿਆਲ ਜੀ ਨੂੰ ਦੇਖ ਸਕਦੇ ਹੈ, ਤੇ ਗੁਰਜੀਤ ਵਿੱਚ ਵੀ ਆਪਾਂ ਸੰਦੀਪ ਨੂੰ ਦੇ ਸਕਦੇ ਹਾਂ। ਦੋ ਲੈਜਣਾਂ ਦੇ ਨਾਲ ਤੇ ਤਾੜੀਆਂ ਜ਼ੋਰਦਾਰ, ਇਹ ਪਿਆਰ ਸਤਿਕਾਰ ਹੈ। ਗੁਰਜੀਤ ਸਾਹਿਬ ਅੱਜ ਪੁੱਜਿਆ ਉਸ ਮਹਾਨ ਖਿਡਾਰੀ ਦੀਆਂ ਯਾਦਾਂ ਨੇ, ਭੈਣ ਅਨੂ ਸ਼ਰਮਾ ਬਹੁਤ ਬਹੁਤ ਧੰਨਵਾਦ। ਕਬੱਡੀ ਜਿੰਦਾਬਾਦ, ਮੇਜਰ ਲੀਗ ਜਿੰਦਾਬਾਦ, ਗਲੈਡੀਏਟਰ ਜਿੰਦਾਬਾਦ, ਕਬੱਡੀ ਕੋਚ ਸ਼੍ਰੀ ਦੇਵੀ ਦਿਆਲ ਜਿੰਦਾਬਾਦ। ਆਓ ਫਾਈਨਲ ਮੈਚ ਗੁਰਜੀਤ ਸਿੰਘ ਕੁਮਾਰ ਵਿਸਲ ਕਰਾਈਏ ਸ਼ੁਰੂਆਤ।